बन जावे सब ली चंगा होवे, जे माड़ा बन जावे सब ली चंगा होवे, ते जे चंगा सब नू मंदा। सब तो पहला इस दरबार से पहुंची हुई संगत निकी जी इन्हें ब्रह्म ज्ञानियां इन्हें पहुंचिया हस्तियां इन्हें रब दे आशकां ने इन्हें रब दे प्यारियां ने उन्हां दी बरसी जिन्हें भी तुसी आए हो सारे निकी जी हैं निकी जी हैं जिथों जिथों भी चल गया है क्योंकि दीवे आए नहीं बढ़ते इन्हां मुर्शदा पीरां फकीरां ने करनियां कीतियां दीवे तां बढ़ते और मेरे पीरो मुर्शद मेरे साईं जिन्हां दे दर दे गुलाम नौकर जिहड़ी सच दी बाणी दा प्रचार कर रहे सच दा पहरा दे रहे बापू गुलाम साईं सुरेंद्र शाह सरकार आज इन्हां दरबारां ते जिन्नी भी संगत बैठी उन्हां वल्लों सारिआं नूं कोटि कोटि सलाम कोटि कोटि सलाम कोटि कोटि सलाम। बाबे मैनूं घंटा सुणो जां दो घंटे मेरी हाथ जोड़ के बेनती अपने कन्ना दे पर्दे नूं थोड़ा कर खोल के जरूर रखियो क्योंकि तकदीर ते फकीर दा कोई पता नहीं केड़े वेले की दे दिंदे अपने किस्मत दा भांडा मांझ के रखना चाहिए तकदीर ते फकीर ते भरोसा रखियो किसे वेले कुछ भी दे सकदा रखियो लाज गुरुदेव देव मेरे रखियो लाज गुरुदेव रखियो लाज गुरुदेव देव रखियो लाज कोई मुरीद आया जो पहली नजर दे नाल तकिया ते साईयां दे नाल इश्क हो गया जाके अपनी मां नूं घर कहिंदा माए नी माए मैनूं प्यार हो गया माए नी माए I'm gonna make it.
ਤੁਸੀਂ ਵੰਡੀਆਂ ਪਾ ਲਿਓ ਕਿਸੇ ਗੁਰੂ ਨੂੰ ਇਹ ਤਾਂ ਨਹੀਂ ਕਿਹਾ ਵੀ ਆਪਣਾ ਧਰਮ ਅਲੱਗ ਬਣਾ ਲਿਓ ਤੇ ਸਾਡੀ ਕਿਤੇ ਸੋਚ ਗਿਰ ਚੁੱਕੀ ਬਾਬਾ ਜੀ ਅਸੀਂ ਮਾੜੇ ਹੋ ਚੁੱਕੇ ਕੋਈ ਵੀ ਮਹਾਂਪੁਰਸ਼ ਉੱਠ ਕੇ ਮੈਨੂੰ ਦੱਸ ਦੇਵੇ ਕਿ ਰੱਬ ਦਾ ਘਰ ਕਿੱਥੇ ਹੈ ਕਿ ਰੱਬ ਕੈਨੇਡਾ 'ਚ ਰਹਿੰਦਾ ਕਿ ਰੱਬ ਅਮੈਰੀਕਾ 'ਚ ਰਹਿੰਦਾ ਕਿ ਰੱਬ ਲੰਡਨ 'ਚ ਹੈ ਕਿ ਪਾਕਿਸਤਾਨ 'ਚ ਹੈ ਹਿੰਦੁਸਤਾਨ 'ਚ ਹੈ ਕਿੱਥੇ ਹੈ ਉਹ ਸਭ ਜਗ੍ਹਾ ਸਹਾਯੋਗ ਉਹ ਪਾਕ ਹੈ ਉਹ ਦਿਲਾਂ 'ਚ ਹੈ ਉਹ ਹਰ ਜਗ੍ਹਾ 'ਤੇ ਹੈ ਕਿਸੇ ਨੇ ਪੁੱਛਿਆ ਕਹਿੰਦਾ ਰੱਬ ਦਾ ਜਨਮ ਕਿੱਥੇ ਹੋਇਆ ਕਿਸੇ ਨੇ ਪੁੱਛਿਆ ਰੱਬ ਦਾ ਜਨਮ ਹੋਇਆ ਕਿੱਥੇ ਲੋਕੀ ਲੱਭਦੇ ਫਿਰਨ ਬਾਬਿਓ ਲੋਕੀ ਲੱਭਦੇ ਫਿਰਨ ਸਵਾਲਾਂ ਦੇ ਜਵਾਬ ਕਿ ਰੱਬ ਦਾ ਜਨਮ ਕਿੱਥੇ ਹੋਇਆ ਦੁਨੀਆ ਫਿਰ ਲਈ ਸਰਕਾਰਾਂ ਦੇ ਦਰਬਾਰ ਤੇ ਆ ਕੇ ਰਾਜਾ ਸਾਹਿਬ ਦੇ ਦਰਬਾਰ ਤੇ ਆ ਕੇ ਕਿਸੇ ਨੇ ਪੁੱਛਿਆ ਰਾਜਾ ਸਾਹਿਬ ਜੀ ਲੋਕ ਸਵਾਲ ਕਰਦੇ ਆ ਕਿ ਰੱਬ ਪੈਦਾ ਕਿੱਥੇ ਹੋਇਆ ਪਹੁੰਚੀ ਹੋਈਆਂ ਹਸਤੀਆਂ ਪਤਾ ਕੀ ਜਵਾਬ ਦਿੰਦੀਆਂ ਕਹਿੰਦਾ ਜਿਸ ਵੇਲੇ ਰੱਬ ਦਾ ਨਾਂ ਜ਼ੁਬਾਨ ਚੋਂ ਨਿਕਲ ਗਿਆ ਰੱਬ ਉੱਥੇ ਹੀ ਪੈਦਾ ਹੋ ਗਿਆ ਰੱਬ ਉੱਥੇ ਹੀ ਪੈਦਾ ਹੋ ਗਿਆ ਬਾਬਾ ਉਹਨੇ ਜਨਮ ਥੋੜ੍ਹੀ ਲੈਣਾ ਉਹਦਾ ਜਿੱਥੇ ਜ਼ਿਕਰ ਹੋ ਗਿਆ ਉੱਥੇ ਪੈਦਾ ਹੋ ਗਿਆ ਸੱਚ ਦਾ ਹੋਕਾ ਦੇ ਗਏ ਨੇ ਮਿਲ ਕੇ ਰਿਹਾ ਇੱਕੋ ਹੀ ਗੱਲ ਕਹਿ ਗਏ ਨੇ ਇਹ ਲੋਕੀ ਦੱਸਦੇ ਮੈਨੂੰ ਆ ਕੇ ਗੱਲਾਂ ਮੈਨੂੰ ਇਹਨਾਂ ਦੀ ਗੱਲ ਵਿੱਚ ਕੋਈ ਤਰਕ ਨਹੀਂ ਲੱਗਦਾ ਮੈਨੂੰ ਬਾਬੇ ਨਾਨਕ ਦੇ ਗੁਰੂ ਰਵਿਦਾਸ ਵਿੱਚ ਕੋਈ ਫਰਕ ਨਹੀਂ ਲੱਗਦਾ ਅਮਰਜੀਤ ਯੂਐਸਏ ਵਾਲੇ ਜਿੰਨੀ ਵੀ ਸੰਗਤਾਂ ਮੈਨੂੰ ਮਾੜੇ ਨੂੰ ਮੈਨੂੰ ਗਲੀਆਂ ਦੇ ਕੱਖਾਂ ਨੂੰ ਇਬਾਦਤ ਦਾ ਵੇਲਾ ਹੈ ਇਹ ਇਬਾਦਤ ਦਾ ਵੇਲਾ ਇਸ ਵੇਲੇ ਇਬਾਦਤ ਦਾ ਟਾਈਮ ਹੋ ਚੁੱਕਿਆ ਮੈਂ ਸੱਚ ਕਹਿਣ ਲੱਗਾ ਅਮਰਜੀਤ ਜੀ ਜਿੰਨੇ ਵੀ ਮਹਾਂਪੁਰਸ਼ ਬੈਠੇ ਆ ਸਾਡੀ ਜਗ੍ਹਾ ਪਤਾ ਕਿੱਥੇ ਹੈ ਸਾਡੀ ਜਗ੍ਹਾ ਪਤਾ ਕਿੱਥੇ ਬਾਬੇ ਔਰ ਹੱਥ ਜੋੜ ਕੇ ਝੋਲੀ ਅੱਡ ਕੇ ਮੰਗਦਾ ਇਨਕਾਰ ਨਾ ਕਰਿਓ ਤੁਹਾਡੀ ਜੁੱਤੀਆਂ ਦੇ ਥੱਲੇ ਜਿਹੜੀ ਗੰਦਗੀ ਲੱਗੀ ਹੋਈ ਹੈ ਨਾ ਬਾਬੇ ਤੁਹਾਡੇ ਜੋੜਿਆਂ ਦੇ ਥੱਲੇ ਜਿਹੜੀ ਗੰਦਗੀ ਹੈ ਉਸ ਗੰਦਗੀ ਦੇ ਬਰਾਬਰ ਵੀ ਨਹੀਂ ਹੈਗੇ ਉਸ ਤੋਂ ਵੀ ਨੀਵੇਂ ਅਸੀਂ ਉੱਥੇ ਸਾਨੂੰ ਜਗ੍ਹਾ ਦੇ ਦਿਓ ਬੜੀ ਮਿਹਰਬਾਨੀ ਉਸ ਜੋੜਿਆਂ ਦੇ ਥੱਲੇ ਐਡੀ ਔਕਾਤ ਦੇ ਮਾਲਕ ਨਹੀਂ ਅਸੀਂ ਅਸੀਂ ਗਲੀਆਂ ਦੇ ਵਿੱਚ ਰੁਲਦੇ ਖੁਲਦੇ ਸਾਂ ਸਾਨੂੰ ਇਹਨਾਂ ਮਹਾਂਪੁਰਸ਼ਾਂ ਦੇ ਦਰਸ਼ੋ ਦੀਦਾਰ ਕਰਨ ਦੇ ਬਰਾਬਰ ਕਰਦਾ ਐਡੀ ਵੱਡੀ ਔਕਾਤ ਦੇ ਮਾਲਕ ਨਹੀਂ ਹੈਗੇ ਮੈਂ ਉਹੀ ਕਹਿੰਦਾ ਮੈਂ ਬਹੁਤ ਵੱਡਾ ਕਲਾਕਾਰ ਨਹੀਂ ਕਲਾ ਤੇ ਇੱਕ ਸਾਗਰ ਹੈ ਜਿਹਨੂੰ ਕੋਈ ਮਾਪ ਤੋਲ ਹੀ ਨਹੀਂ ਸਕਦਾ ਚਾਹੇ ਫਕੀਰੀ ਔਰ ਕਲਾਕਾਰੀ ਇੱਕੋ ਹੀ ਗੱਲ ਹੈ ਫਕੀਰੀ ਦਾ ਵੀ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਫਕਰ ਸ਼ਬਦ ਦਾ ਮਤਲਬ ਕੀ ਹੈ ਸਿਆਣੇ ਕਹਿੰਦੇ ਇਹ ਫਕਰ ਬੰਦਾ ਹੈ ਫਕੀਰ ਹੈ ਫਕਰ ਹੁੰਦਾ ਕੌਣ ਸੁਣਿਓ
हफा जेड़ा अपने यार तो फना हो जावे कक्का जेड़ा कुर्बान हो जावे अपने यार को रारा जेड़ी ओदे रमजान जानन लग जे बोल सच्चे दरबार की बोल सच्चे दरबार की जेड़ी रमजान जानन लग जे तां जाके फकीर बन ते दुनिया पता की कहंदी है दो दिन दीवे बाल के कहंदे मैं बाबा बन एदा नहीं बनया जा सकदा करनिया करनिया पैनी फकीरी दे मूह बहुत दूर है फकीरी अपने तन नू बाल के फकीरी दा सेक सेकड़ा पैदा होवे फकीरी कोई तुरदी फिरदी दुकान थोड़ी कैवें मिल जूगी अमरजीत छोटी अवस्था दे विच अपनी मां नू आके कहंदा मां मैनू एक चीज लभी अज मां कहंदी की लभ के लैके आया अमरजीत की कह रहे सुनो ऐसा मिलिया फकीर नी माए मैनू ऐसा लभिया फकीर ऐसा मिलिया फकीर नी माए मैनू ऐसा मिलिया फकीर ऐसा मिलिया फकीर नी माए मैनू ऐसा मिलिया फकीर ऐसा मिलिया फकीर नी माए मैनू ऐसा मिलिया फकीर रब भी गल जदी टाल नहीं सकदा ये गल सच है साडे इन्हां गुरुआं पीरां दी गल रब भी नहीं टाल सकदा ਮੇਰੀਆਂ ਗੱਲਾਂ ਸੁਣਨ ਵਾਲੀਆਂ ਨੇ ਇਹਨਾਂ ਦੇ ਝੂਮਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹਦੇ ਆਨੰਦ ਲੈਣ ਵਾਲੀਆਂ ਗੱਲਾਂ ਸੁਣਨ ਵਾਲੀਆਂ ਬਾਬਾ ਜੀ ਇਹਨਾਂ ਦੀ ਗੱਲ ਰੱਬ ਮੇਰੀ ਟਾਲ ਸਕਦਾ ਕਿਉਂ ਕਹਿੰਦਾ ਰੱਬ ਦਾ ਬੰਨਿਆ ਸੰਗਲਾਂ ਨਾਲ ਰੱਬ ਦਾ ਬੰਨਿਆ ਸੰਗਲਾਂ ਨਾਲ ਇਹ ਫੱਕਰਾਂ ਨੂੰ ਛੜਾਵੇ ਫੱਕਰ ਦਾ ਬੰਨਿਆ ਧਾਗੇ ਨਾਲ ਰੱਬ ਕਦੀ ਛੜਾ ਨਾ ਪਾਵੇ ਇੱਕ ਫਕੀਰ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਜੇ ਉਹ ਕਿਸੇ ਨੂੰ ਬੰਨ ਲਵੇ ਨਾ ਧਾਗੇ ਨਾਲ ਤੇ ਰੱਬ ਦੀ ਤਾਕਤ ਨਹੀਂ ਉਹਨੂੰ ਛੜਾ ਦੇਵੇ ਤੇ ਰੱਬ ਕਿਸੇ ਮੁਰੀਦ ਨੂੰ ਸੰਗਲਾਂ ਦੇ ਨਾਲ ਜਕੜ ਲਵੇ ਇਹਨਾਂ ਫਕੀਰਾਂ 'ਚ ਇੰਨੀ ਪਾਵਰ ਹੁੰਦੀ ਹੈ ਇਹ ਕਾਊਂਟਰ ਦੇਣਾ ਕਹੋ ਇਹ ਸਾਡਾ ਛੱਡ ਦੇ ਉਹ ਸੰਗਲ ਆਪਣੇ ਆਪ ਟੁੱਟ ਜਾਂਦੇ ਹੋ ਇੰਨੀ ਪਾਵਰ ਹੁੰਦੀ ਹੈ ਫਕੀਰੀ ਦੀ ਫਕੀਰੀ ਕੋਈ ਗੁੜ ਦੀ ਭੇਲੀ ਨਹੀਂ ਕਿ ਜਿਹੜਾ ਖਾਣਾ ਚੱਕ ਕੇ ਖਾ ਜੂਗਾ ਰੱਬ ਵੀ ਗਲੀਆਂ ਦੀ ਟਾਲ ਨਹੀਂ ਸਕਦਾ ਇਹਨੇ ਜਿੱਥੇ ਖਿੱਚਦੀ ਲੱਗੀ ਐਸਾ ਮਿਲਿਆ ਆ ਐਸਾ ਮਿਲਿਆ ਫਕੀਰ ਦੀ ਮੈਂ ਮੈਨੂੰ ਐਸਾ ਮਿਲਿਆ ਜਵਾਬ ਕੀ ਦਿੱਤਾ ਸੁਣ ਹਰ ਵੇਲੇ ਗੱਲ ਕਰਦਾ ਬਾਬੇ ਨਾਨਕ ਤੇ ਮਰਦਾਨੇ ਦੀ ਹਰ ਵੇਲੇ ਗੱਲ ਕਰਦਾ ਬਾਬੇ ਨਾਨਕ ਤੇ ਮਰਦਾਨੇ ਸਰਦਾਰ ਨਾ ਹੁੰਦਾ ਇਹਨਾਂ ਰਾਜਿਆਂ ਦੇ ਹੰਕਾਰ ਨਹੀਂ ਸੀ ਟੁੱਟਣੇ ਜੇ
गुरु रविदास महाराज च मार ना होंदा। ਭੁੱਲਿਆਂ ਨੂੰ ਪਾਉਂਦਾ ਰਸਤੇ ਨਹੀਂ ਮੈਂ ਟੁੱਟਿਆਂ ਨੂੰ ਪਿਆ ਗੰਢਦਾ। ਗੁਰੂ ਰਵਿਦਾਸ ਮਹਾਰਾਜ ਦੀ ਸਾਖੀ ਪੜ ਰਿਹਾ ਸਾਂ। ਬਾਬੇ ਹੋ ਮੈਨੂੰ ਨਹੀਂ ਪਤਾ ਮੈਂ ਮਾਰਾਂ ਚੰਗਾ, ਪਰ ਮੈਂ ਪਹਿਲੇ ਗੱਲ ਦੇ ਵਿੱਚ ਗੱਲ ਮੁਕਾਤੀ ਕਿ ਮਾਂ ਮੇਰੀ ਨੇ ਕੰਨ ਵਿੱਚ ਆਖੀ ਗੱਲ, ਮੈਨੂੰ ਕਹਿਣ 'ਚ ਹਰਫ ਨਹੀਂ ਲੱਗਦਾ, ਮੈਨੂੰ ਬਾਬੇ ਨਾਨਕ ਅਤੇ ਗੁਰੂ ਰਵਿਦਾਸ ਵਿੱਚ ਕੋਈ ਫਰਕ ਨਹੀਂ ਲੱਗਦਾ। ਇਸ ਨਜ਼ਰ ਨਾਲ ਦੇਖੋ ਸਾਰੇ ਇੱਕੋ ਨੇ, ਜੇ ਨਾ ਮੰਨੋ ਤੇ ਕੋਈ ਕਿਸੇ ਲਈ ਕੁਛ ਨਹੀਂ। ਜੇ ਧੰਨੇ ਵਰਗੇ ਨਾਲ ਇੱਕ ਇਨਸਾਨ ਧੋਖਾ ਕਰਕੇ ਉਹਨੂੰ ਇੱਕ ਦੁੱਧ ਵਾਲੀ ਉੱਤੋਂ ਗਾਂ ਲੈ ਕੇ ਉਹਨੂੰ ਨਕਲੀ ਠਾਕਰ ਦੇ ਸਕਦਾ, ਜੇ ਉਹ ਨਕਲੀ ਠਾਕਰ 'ਚ ਰੱਬ ਪੈਦਾ ਕਰ ਸਕਦਾ ਤੇ ਫਿਰ ਰੱਬ ਪਾਉਣੀ ਕੋਈ ਵੱਡੀ ਗੱਲ ਨਹੀਂ। ਬਾਬਾ ਜੀ ਅੰਦਰ ਯਕੀਨ ਹੋਣਾ ਚਾਹੀਦਾ, ਅੰਦਰ ਯਕੀਨ ਹੋਣਾ ਚਾਹੀਦਾ, ਅੰਦਰੋਂ ਜੁੜਿਆ ਹੋਣਾ ਚਾਹੀਦਾ ਬੰਦਾ, ਬਾਹਰੇ ਦਿਖਾਵੇ ਕਰਕੇ ਕੀ ਫਾਇਦਾ ਬਾਬਾ। ਮੈਂ ਗੁਰੂ ਰਵਿਦਾਸ ਮਹਾਰਾਜ ਦੀ ਉੱਪਰੋਂ ਉੱਪਰੋਂ ਤਾਰੀਫ ਕਰਾਂ, ਮੈਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਉੱਪਰੋਂ ਉੱਪਰੋਂ ਤਾਰੀਫ ਕਰਾਂ, ਅੰਦਰੋਂ ਮੇਰੇ ਕੁਝ ਹੋਰ ਚੱਲ ਰਿਹਾ ਹੋਵੇ, ਮੈਂ ਇੱਥੇ ਤੇ ਮੁਕਤ ਹੋ ਸਕਦਾ ਤੁਹਾਡੇ ਸਾਹਮਣੇ, ਮੈਨੂੰ ਉੱਥੇ ਮੁਕਤੀ ਨਹੀਂ ਮਿਲਣੀ, ਮੈਨੂੰ ਉੱਥੇ ਢੋਈ ਨਹੀਂ ਮਿਲਣੀ, ਉੱਥੇ ਮੇਰੇ ਗੁਨਾਹ ਦਾ ਸਬੂਤ ਮੈਨੂੰ ਦੇਣਾ ਪੈਣਾ, ਉੱਥੇ ਮੈਨੂੰ ਸਜ਼ਾ ਭੁਗਤਣੀ ਪੈਣੀ। ਮੈਂ ਦਿਲੋਂ ਕਹਿੰਦਾ ਕਿ ਨਜ਼ਰ ਤੋਂ ਚਸ਼ਮਾ ਉਤਾਰ ਕੇ ਦੇਖੀਏ ਸਾਰਾ ਕੁਝ ਇੱਕੋ ਹੀ ਹੈ। ਦਰਬਾਰ ਤੋਂ ਕੋਈ ਇੱਧਰੋਂ ਆ ਰਿਹਾ, ਕੋਈ ਉੱਧਰੋਂ ਆ ਰਿਹਾ, ਪਹੁੰਚਣਾ ਦਰਬਾਰ 'ਚ ਹੈ। ਉਹ ਸੱਚ ਦਾ ਪੱਖਾ ਇੱਕੋ ਹੀ ਹੈ ਜਿਹਦੇ ਥੱਲੇ ਜਾ ਕੇ ਸਾਰਿਆਂ ਨੇ ਇਕੱਠੇ ਹੋ ਕੇ ਬੈਠਣਾ, ਬਾਕੀ ਕੋਈ ਏਸੀ ਲਾਈ ਫਿਰਦਾ, ਕੋਈ ਕੂਲਰ ਲਾਈ ਫਿਰਦਾ, ਉਹ ਸੱਚ ਦਾ ਪੱਖਾ ਇੱਕੋ ਹੀ ਹੈ ਜਿਹਦੇ ਥੱਲੇ ਜਾ ਕੇ ਸਭ ਨੇ ਬੈਠਣਾ। ਉੱਥੇ ਨਾ ਤੇਰੀ ਨਾ ਚੱਲਣੀ ਨਾ ਮੇਰੀ ਚੱਲਣੀ, ਉੱਥੇ ਤੇ ਉਹ ਚੱਲਣਾ ਜੋ ਤੂੰ ਕੀਤਾ। ਬਾਬੇ ਹੋ ਫਿਰ ਬੰਨੀਆਂ ਕਾਲੀਆਂ ਸੂਝਵਾਨ ਬੰਦੇ ਬੈਠੇ, ਕਿਉਂਕਿ ਜਿੱਥੇ ਸੁਣਨ ਵਾਲਾ ਹੋਵੇ ਨਾ ਫਿਰ ਉਹਨਾਂ ਨੂੰ ਪਤਾ ਹੁੰਦਾ। ਮੈਂ ਦਰਬਾਰ ਦੀ ਕਸਮ ਖਾ ਕੇ ਕਹਿਣਾ, ਗੁਰੂ ਰਵਿਦਾਸ ਮਹਾਰਾਜ ਬਾਰੇ ਜਿਹੜੀ ਮੈਂ ਸਾਖੀ ਸੁਣਾਉਣ ਲੱਗਾ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਰੌਲਾ ਪਿਆ ਹੋਇਆ ਸੀ, ਕੀ ਪਤਾ ਇਸ ਦਰਬਾਰ 'ਤੇ ਮੇਰਾ ਉਧਾਰ ਹੋ ਜਾਵੇ। ਮੈਨੂੰ ਪਤਾ ਉਹ ਸਾਡੇ ਭਗਤ ਨਹੀਂ ਹੈਗੇ, ਉਹ ਗੁਰੂ ਦੇ ਭਗਤ ਆ, ਉਸ ਨਿਰੰਕਾਰ ਦੇ ਭਗਤ, ਉਸ ਪਰਮਪਿਤਾ ਪਰਮਾਤਮਾ ਦੇ ਭਗਤ। ਪਰ ਮੈਂ ਦੱਸਣ ਕੀ ਲੱਗਾ ਸੀ ਕਿ ਭਗਤ ਸ਼ਬਦ ਦਾ ਮਤਲਬ ਕੀ ਹੈ, ਭੱਬੇ ਦਾ ਮਤਲਬ ਜਿਹੜਾ ਭਗਵਾਨ ਨੂੰ ਪਾ ਚੁੱਕਿਆ ਹੋਵੇ, ਜਿਹੜਾ ਪੂਰਨ ਹੋ ਗਿਆ ਹੋਵੇ, ਗੱਗੇ ਦਾ ਮਤਲਬ ਦੁਨੀਆਂ ਦੇ ਜਿੰਨੇ ਗੁਣ ਉਹਦੇ ਵਿੱਚ ਸਮਾ ਦਿੱਤੇ ਹੋਣ ਉਸ ਪਰਮਪਿਤਾ ਪਰਮਾਤਮਾ ਨੇ, ਤੱਤੇ ਦਾ ਮਤਲਬ ਜਿਹੜਾ ਤਿੰਨਾਂ ਲੋਕਾਂ ਦੇ ਵਿੱਚ ਆਪਣੀ ਰਾਜ ਕਰਦਾ ਹੋਵੇ, ਜਿਹਦਾ ਰਾਜ ਹੋਵੇ ਤਿੰਨਾਂ ਲੋਕਾਂ 'ਚ, ਤਾਂ ਜਾ ਕੇ ਭਗਤ ਬਣਦਾ। ਅਤੇ ਮੇਰੀ ਗੱਲ ਨੂੰ ਕਿੱਥੇ ਸੁਣਿਆ ਨਹੀਂ ਗਿਆ ਕਹਿ ਦਿੱਤਾ। ਮੈਂ ਫਿਰ ਅੱਜ ਇਸ ਮਹਿਫਲ ਰਾਹੀਂ ਜਿੰਨੇ ਵੀ ਰਵਿਦਾਸ ਭਰਾ, ਜੇਕਰ ਉਹਨਾਂ ਨੂੰ ਲੱਗਿਆ ਕਿ ਮੈਂ ਗਲਤ ਹਾਂ, ਜੇਕਰ ਲੱਗਿਆ ਉਹਨਾਂ ਨੂੰ ਕਿ ਮੈਂ ਗਲਤ, ਮੈਂ ਇਸ ਦਰਬਾਰ 'ਤੇ ਝੋਲੀ ਅੱਡ ਕੇ ਤੁਹਾਡੇ ਤੋਂ ਮਾਫ਼ੀ ਮੰਗਦਾ। ਕਿਉਂਕਿ ਮੇਰੀ ਇੰਟੈਂਸ਼ਨ ਗਲਤ ਨਹੀਂ ਹੋ ਸਕਦੀ ਬਾਬਾ ਜੀ, ਮੈਂ ਗਲਤ ਨਹੀਂ ਕਿਹਾ। ਮੈਨੂੰ ਪਤਾ ਮੈਂ ਬੰਦੇ ਨੂੰ ਤੇ ਮਨਾ ਲੂੰਗਾ, ਤੇ ਜੇ ਉਹ ਮੇਰੇ ਤੋਂ ਰੁੱਸ ਗਿਆ ਫਿਰ ਉਹ ਨਹੀਂ ਮਨਾਇਆ ਜਾਣਾ। ਮੈਂ ਫਿਰ ਇੱਕ ਵਾਰੀ ਤੁਹਾਡੇ ਤੋਂ ਮਾਫ਼ੀ ਚਾਹੁੰਦਾ ਜੇਕਰ ਮੇਰੇ ਕੋਲੋਂ ਗਲਤੀ ਹੋ ਗਈ, ਜੇ ਭਗਤ ਸ਼ਬਦ ਕਹਿਣ 'ਚ ਕਿਸੇ ਨੂੰ ਠੇਸ ਪਹੁੰਚੀ, ਮੈਂ ਸਿਰ ਝੁਕਾ ਕੇ ਮਾਫ਼ੀ ਮੰਗਦਾ ਬਾਬਾ ਜੀ। ਰੌਲੇ ਜਾਤਾਂ ਪਾਤਾਂ ਦੇ ਹੈ, ਮੈਂ ਕਹਿੰਦਾ ਉਹ ਇਨਸਾਨ ਹੀ ਮਰ ਜਾਵੇ ਜਿੰਨੇ ਜਾਤਾਂ ਪਾਤਾਂ ਬਣਾ ਦਿੱਤੀਆਂ, ਉਹਦਾ ਨਾਮ ਨਿਸ਼ਾਨ ਨਾ ਰਹੇ। ਬਾਬਾ ਜੀ ਕੱਲ੍ਹ ਹੋਸਪਿਟਲ ਦੇ ਵਿੱਚ ਪਰਸੋਂ ਸੀਗੇ, ਮੇਰੇ ਦੋਸਤ ਦੇ ਘਰ ਬੇਟੀ ਨੇ ਜਨਮ ਲਿਆ, ਉਹ ਦੇਵੀ ਆਈ, ਉੱਥੇ ਇੱਕ ਚੀਜ਼ ਬੜੀ ਵੱਡੀ ਸਿੱਖਣ ਨੂੰ ਮਿਲੀ
वो बेटी जन्म लैके तो डॉक्टर लै गया उपर चौथे फ्लोर से, वो कहते भी 100 की ट्रीटमेंट करना होगा। जो मैं उपर उन्होंने देखने वास्ते गया तो वाहगुरु उ पांच बच्चे पे, दो लड़के और तीन तीन लड़कियां। हम साड़ी जी धी सी जटा भी सी, वो जेडे जेडे होर से सानू नहीं पता कि बच्चे, पर मैनू उ पछाण चाह रहे थे साड़ी इन्हों चो साड़ी धी के जे मैनू उस बच्चों के अपनी धी पछाण के गलती हो रही, साड़ी अपनी बच्ची पछाण गलती हो रही है, फिर मैं किदा कह सकता बाबा जी मैं फलाना मैं फलाना मैं फलाना। उन्हें बच्चों को पछाण के दसो ना फिर भाई वह मोर कितने लगी है भी वो रविदास है, वो वाल्मीकि है, वो जट भरा है, वो मजहबी सिख है, कितने लिखे दसो। वो बच्चों के पछाण नहीं जा रहा, वो पंजे बच्चे बराबर ही पे। आ देखो हूँ तेरे ते ही गल शुरू होनी बाबा। मैनू किसी ने सवाल पूछा कहते धन गुरु नानक पातशाह जी की तस्वीर देखी है, मैं क्या मैं इमेजन कर सकता है, अखा बंद करके सोचो, अखा बंद करके सोचो धन धन श्री गुरु नानक देव महाराज जी कितने के होंगे। सुनो हाँ जी बाबा जी, आज जिन्हें पैसे पे बाबे नू दे दे, दे दे, मैं तो यही कृपा कर सकता, होर मेरे को कुछ नहीं, होर मेरे को कुछ नहीं। धन गुरु नानक पातशाह कितने के होंगे इमेजिन करो, जिन्हें चार उदासियां कीतियां होन, जिन्हें दुनिया गाती होवे उहदे पैरां दे विच छाले दे जरूर पै गए होणगे, अड्डियां फटियां जरूर होणगियां। दाड़ी उलझी होगी सरकारां दी, वो पहली पातशाही दुनिया का पैगंबर उहदी दाड़ी उलझी जी होगी। एक फील करो, फील करो उहदे बाल खुले होणगे, हो सकदा इन्नी दुनिया गा के आए उहदे किते झुर्रियां नहीं पै गईआं होण, पर उहदे चेहरे ते नूर ऐसा होगा कि जिहड़ा एक वारी तकदा होगा उह तकदा ही रह जांदा होगा। ਇਹਦਾ ਨਾ ਹੋਊਗਾ ਤਾਂ ਫਿਰ ਅਸੀਂ ਕਿਉਂ ਵੰਡੀਆਂ ਪਾਈ ਬੈਠੇ। ਆ ਜਾਓ ਰਲ ਕੇ ਦੁਆ ਫਰਿਆਦ ਕਰੀਏ ਸੱਚੇ ਪਾਤਸ਼ਾਹ ਕਿ ਸਾਡੇ ਚੋਂ ਦੂਰੀਆਂ ਮਿਟਾ ਦੇ, ਜਿਹਨੂੰ ਵੀ ਦੇਖੀਏ ਇੱਕ ਨਜ਼ਰ ਨਾਲ ਦੇਖੀਏ। ਜੇ ਅਲੱਗ ਅਲੱਗ ਗੁਰਦੁਆਰੇ ਬਣਾਉਣ ਦੇ ਨਾਲ ਰੱਬ ਮਿਲਦਾ ਨਾ, ਮੈਨੂੰ ਕੋਈ ਮਹਾਂਪੁਰਸ਼ ਆ ਕੇ ਕਹਿ ਦੇਵੇ ਮੈਂ ਆਪਣਾ ਸਾਰਾ ਘਰ ਬਾਰ ਵੇਚ ਕੇ ਮੈਂ ਇੱਕ ਅਲੱਗ ਗੁਰਦੁਆਰਾ ਬਣਾ ਲੂੰਗਾ, ਮੈਨੂੰ ਐਂ ਲੱਗੂਗਾ ਕਿ ਮੈਨੂੰ ਰੱਬ ਮਿਲ ਜੂਗਾ। ਓਏ ਬੁਲਿਆ ਰੱਬ ਦਾ ਕੀ ਪਾਉਣਾ, ਇੱਥੋਂ ਪੱਟ ਕੇ ਇੱਥੇ ਲਾਉਣਾ, ਰੱਬ ਤੇ ਅੰਦਰੋਂ ਮਿਲਣਾ। ਹਰ ਵੇਲੇ ਗੱਲ ਕਰਦਾ ਬਾਬੇ ਨਾਨਕ ਤੇ ਮਰਦਾਨੇ ਦੀ, ਇੱਥੇ ਮੰਗਣੇ ਆਉਂਦੇ ਰਾਜੇ ਇਹ ਦਰ ਫਕੀਰਾਂ ਦਾ, 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 ਇੱਥੇ ਮੰਗਣੇ ਆਉਂਦੇ ਰਾਜੇ।
तख्तां ते बह जांदे जिनू आप साइन बजे ए दर फकीरां दा इत्थे मंगणे आउंदे राजे 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 काशी वाह गुरु नानक वाह धन गुरु नानक धन गुरु नानक धन गुरु नानक काशी धन गुरु नानक यार धन गुरु नानक धन गुरु नानक काशी धन गुरु नानक यार बस यार धन गुरु नानक इथे रखियो मैनू बजुर्ग वीर पै दे के क्या सुनियो गल बाबा जी गल सुनियो वो गीत बड़ा मकबूल होया वो बंगला साहब गुरुद्वारे च बड़ा गीत चलिया लखा दुनिया ने उन्हूं प्यार दिता अज गल सुनियो फिर कहिंदे एक मुसलमान भरा पूरी दुनिया की सैर करदा एक मुसलमान भरा पूरी दुनिया की सैर करदा आ गया कोई गल नहीं बह जा कोई नहीं कोई बाबा जी लंगर किने किने छके एक बारी हाथ खड़े करो जिन्होंने गुरु घर के लंगर छके हाथ खड़े करो बाबा तुसी दो मिनट बह जाओ मैं गा लैन दो मैं तुहाड़ी एक कली कली गल सुन के जाऊंगा मैं तो अपनी सुनाना है मेरी सुन लो जिन्हें जिन्होंने लंगर छके एक बारी हाथ खड़े करो ईमानदारी नाल ते वो लंगर आया कितों पता है ओदे बारे नहीं पता किसी ने सुनो कितों आया एक मुसलमान भरा पूरी दुनिया की सैर करके वापसी घर आया आके उदास होके बह गया ओदी मां कहती पुत्र ओए पूरी दुनिया की सैर की उदास क्यों है कहना अम्मी जान मेरे दिलो दिमाग दे एक सवाल जिहदा जवाब नहीं मिलिया मैं मंदिर मस्जिद गुरुद्वारे चर्च सब जगह गया पर एक सवाल का जवाब ना मिलिया अम्मी जान कहती सवाल की है कहते जेडे सरदार लोग ने ये दाड़ियां पग्गा वाले लोग ने ये गुरु के आशक ने इन्ना पैसा कितों लैके आते कि गुरुद्वार लंगर चली जाता लोग छकी जाते हैं चली जाता छकी जाते हैं अम्मी जान हस के कहती पुत्र इन्हों का एक बजुर्ग सी बाबा नानक जड़ा 20 रुपए की एफ डी करा के गया इन्हों ब्याज नहीं मुकया मूल बैंकों से भी जमा पाया हुण मेरी सोचनी है कि जो धन गुरु नानक पातशाह जी श्री मेहता कालू जी ने घरों भेजा होगा तो की किया होगा सुन के जरा हाल है 20 रुपये ते जा नानक हाल है 20 रुपये ते जा नानक होए किसे किस्म दा वणज वो पार करके आवी ओ पहले पूरी दुनिया ली नफा पहले पूरी दुनिया ली नफा ते जो बचिया सो खावी वाह ए दुनिया धारन वाले सोचा नू संवारन वाले वाह ए नानका दुनिया धारन वाले सोचा नू संवारन वाले अजे भी समझना आईया कुछ तेरिया गल्लां कहियां दी आओ मुके ना सानू ब्याज नानका
तेरे भी रुपया दी मुके ना सर ब्याज नानका तेरे भी रुपया दी वाहे दुनिया दे मालका तू भी दा लंगर लाया दा लंगर लाया किन्नी दुनिया नू दाता तू पंगत विच खवाया जे पुल पलेखे सौ दा लंगर ला दिंदा शुक्र है उदी जेब दे विचों वी निकले ओए जे करे सौ निकलांदा ते की हो जांदा सुनियो जे पुल पलेखे सौ दा लंगर ला दिंदा ए सारी दुनिया दाता वेली बठा दिंदा फिर कम करन दी लोड़ नहीं सी फिर ते बाबे नानक दी चक्की अपने आप चलिया कर दी अपने आप पीसिया कर दी अपने आप पकाया कर दी अपने आप छकिया कर दी एडी पावर है उदे विच जे फुल पलेखे सौ दा लंगर ला दिंदा सारी दुनिया दाता आ वेली बठा दिंदा तिनका तिनका हिसाब भी दिता आ मोती खाने बइयां दी है मुके ना सन ब्याज नानका तेरे वीर पइयां दी है गल उथे आके मुकदी है मेरी दौड़ लगी हुई है कोई गल कहण च मेरा यार कौन मंत्री मेरा यार कौन फलाना एमएलए मेरा यार कौन फलाना सरपंच मेरा यार कौन फलाना मेंबर मेरा यार कौन फलाना प्रधान त्यो कुल दुनिया नु तारन वाला की करके गया सुनियो ओ चार उदासियां चार दिशावां ते कीतियां वारो वारी चार उदासियां चार दिशावां ते कीतियां वारो वारी जात पात दा भेद मटा गई बाले मर्दाने दे नाल यारी ओ जे जाता पाता दे रौले हुंदे फिर ओ मर्दाने नू अपना यार क्यों बनाउंदा जे जाता पाता दे रौले हुंदे ओ बाले नू अपने घर क्यों रख दे ओनू पता है कि सोचण दा फर्क है ते मर्दाने वर्गा आशक दुनिया ते नहीं होना सुनो किदां कुछ समय लई भगती दे विच धन गुरु नानक पातशाह पानी दे विच चले गए सी सारे नूं पता है पानी दे विच जाके बैठे सी दरिया दे विच जिन्ने गुट ते रखड़ी बन्नी भैण नानकी ओनू भी कुछ पल नहीं लगा कि शायद मेरा वीरा डुब गया मां माता तृप्ता माता जी नूं भी लगा शायद मेरा पुत डुब गया श्री मेहता कालू जी शायद उन्होंने भी लगा कि मेरा पुत डूब गया पर वो दुनिया का आशक उस गुरु का मुरीद मर्दाना बैठा रवाब बजा रहा है गा रहा है आके लोग सवाल करते हैं मर्दानिया ओए तेरा बाबा नानक डूब गया हुण घरे आ जा ते मर्दाना की कहना है हस के ओए कहना जेड़ा दुनिया नु तारन आया होवे उन्हें कौन डूब सकता बाबे उन्हें कौन डूब सकता कोई नहीं डोल सकता ते कुछ समय बाद धन गुरु नानक पातशाह जो दोबारा आए मर्दाने का नाम अपनी खिदमत देव दे अपनी यारी च लिखता कि जिथे मेरा जिक्र होगा उथे तेरा जिक्र होगा कोई छोटी गल नहीं है ते असी मंडियां पाई बैठे असी फलाने निकलो इन्हां गल्लां चों इन्हां गल्लां चों कुछ नहीं मिलना आशक हो के देखो जे गुरु घर नाल जुड़े हो ते पक्के हो जाओ जे किसी मंदिर नाल जुड़े हो उथे पक्के हो जाओ जे किसी मस्जिद नू प्यार कर दे उथे पक्के हो जाओ जे किसी चर्च नू प्यार कर दे उथे पक्के हो जाओ फिर दिल दे विच दुआ नहीं होनी चाहिए भी ए ओ है ते मैं ओ आ बस ए देखो कि जिथे मैं देखा मैनू ओही नजर आउंदा मैनू ओही नजर आउंदा चार उदासियां चार दिशावां कीतियां वारो वारी जात पात का भेद मटा गई बाले मरदाने दे नल यारी
आप इलाज तू रख ली काशी दे चल दे पहिया दी मुके ना आ मुके ना सानू ब्याज नानका तेरे वीर पहिया दी मुके ना सानू ब्याज नानका तेरे वीर पहिया दी मुके ना सानू ब्याज नानका तेरे वीर पहिया मंगना कितना असि कहना कि सारे ने तेरे दर तो मंगते लोकी लख करोड़ जी जे सानू पुछे साइया सानू तेरिया लोड़ा जी सानू पुछे साइया सानू तेरिया लोड़ा जी जे सानू पुछे साइया सानू तेरिया लोड़ा जी जे दे दर ते टूटते आके जे दे दर ते टूटती आके लड़ियां हंकार दिया और मिल गल्ला करिए सोने दरबार दिया और मिल गल्ला करिए मेरे सोने यार दिया और मिल गल्ला करिए दादा सरकार दिया
इस दरबार दे फकीर, इस दरबार दी मर्यादा, इस दरबार दा नौकर, इस दरबार दा चौकीदार, इस दरबार दा गुलाम तुहाडे लई सवेरे उठ के दुआ फरियाद करदा है कि सच्चे पातशाह देसां विदेशां दे विच तेरी संगत बैठी है, किथे किथे तेरे दरबारां दे गुलाम बैठे है, उन्हां ते मेहर भरिया हथ रखी है। जिस वेले इन्हां दी अरदास चल रही होंदी है ते असी सुते होने हैं। रात तो कोई उठ उठ कर जिनके लिए रोते हैं, रात तो कोई उठ उठ कर जिनके लिए रोते हैं, रात तो कोई उठ उठ कर जिनके लिए रोते हैं। मुहाफ़िज़ ही कश्ती के मुहाफ़िज़ ही कश्ती को डुबोते हैं, हुण गल आउंदी उहनां दी जिन्हां दी गल समझ नहीं पै रही। कुछ लोग जमाने में सूरज को पकड़ते हैं, कुछ लोग जमाने में सूरज को पकड़ते हैं, कुछ लोग जमाने में सूरज को पकड़ते हैं, कुछ लोग जमाने में सूरज को पकड़ते हैं। वो सारी उम्र ही, वो सारी उम्र ही यार अंधेरा ही ढोते हैं, वो सारी उम्र यारो अंधेरा ही ढोते हैं। उन्हें कुछ नहीं मिलता अंधेरे तो अलावा, उन्हें पीछे भी नहीं रहते, भी नहीं रहते। चंगा लगा ताड़ी बोली सच्चे दरबार की जय, दरबार की जय। आज अखा बंद हो रही थी, एक घुट लाइए सारे रल के, एक एक घुट पी लीए, अख खुल जूगी। पीनी केड़ी है, पीनी केड़ी है, सुनो जरा। साकी तेरे दर्द उते आए मस्त दीवाने, साखी तेरे दर्द उते आए मस्त दीवाने, नजरां नाल पिला दे सानू अज खोल दे हुसन दे मैखाने, पिला दे साकी अज खोल दे हुसन मैखाने। बाबा जी सच दस्सो पींदा केड़ा केड़ा है, रियलिटी च केड़े केड़े पींदे, औखा ही है हाथ खड़ा करना। चंगी गल है, दब के रखो गिली और मकाइए टाइम नाल जिनी बनी है, फिर अगे देखांगे। मैं भी पीना पर मैं पीना कि सुनो जरा। शराब ने मैनू चढ़ना की ते मैं आप शराब न चढ़ जावा, शराब
शराब ने मैनू चढ़ना की ते मैं आप शराब नू चढ़ जावां, जदों मैनू कोई लभण आवे मैं बोतल दे विच वड़ जावां। आओ यारो मौज बहार कर लो, घटा मैखाने विच शाही होई ए, मेरे यार भी भर भर पिलाई जावे जिवें इहनू भी किसे ने पिलाई होई ए। ना संतरे दी ना माल्टे दी, ना संतरे दी ना माल्टे दी ते ना अंगूरां दे रस चों खिचाई होई ए। असीं ते ठेके ते जाके कहने यार जुगनी नहीं है रही, माल्टा दे दे। ना संतरे दी ना माल्टे दी ते ना अंगूरां दे रस चों खिचाई होई ए। ना बिस्की पर रांडी ते ना देसी ते लोको ना ही लंदन चों मगाई होई ए। आई कित्थों राजा साहब ने अपने यार कीती उपर मोर सच्चे दरबार दी लाई होई ए। पीण वाले जरा गौर नाल पियो, ये चिंगड़ा दरबार चो आई होई ए, ये उन्हां मस्त बनियां दे दरबार चो आई होई ए। फिर हुण जदों पीने आ उहदे विच पानी भी पैंदा, पानी तों बिना लगदा भी नहीं। उह हुण पानी भी किदां पऊगा सुणो बाबा जी, प्लीज इधर ध्यान रखो। बंदा दाखल होंदा जदों मां दी गर्भ अंदर, जिहड़े लोग पानी दी कदर नहीं करदे सुणो, बंदा दाखल होंदा जदों मां दी गर्भ अंदर ते उहदे पालण पुछ नूं कम आवे पानी। जन्म लै के जदों गोद आउंदा हर कोई गुड़ती देह विच मिलावे पानी। बच्चा मां दा दुध जदों पीण लगदा उस दुध विच रब आप मिलावे पानी। बंदा किसे मोड़ ते डर जावे, चकरा जावे ते डरे होए मन नूं शांत लियावे पानी। होवे गीता कुरान गुरु ग्रंथ साहिब चाहे फिर बाइबल, अगे अगे छिट्टा ला के रस्ता पवित्र करदा जावे पानी। इस दुनिया ते जिन्ने भी बने पदार्थ सब नूं बनावे ते पकावे पानी। इस दुनिया ते जिन्ने भी बने पदार्थ सब नूं बनावे ते पकावे पानी। शगना दे नाल कार्ज कीते मेहंदी नूं मेहंदी दे रूप ते जावे पानी। सास कबंदी इकट्ठे होए उस मेहंदी नूं आप धवावे पानी। शगना दे नाल तेल चोके सिर तो वार के मां पी जावे पानी। ओ बंदा तुरन लगदा जदों जहान विचों हर कोई मूंह दे विच आके पावे पानी। बंदा मर जावे रहेगी मिट्टी, उस मिट्टी नूं आप नवावे पानी। इत्थों तक भी खेड़ा नहीं छुट्टिया वे काशिया, बंदा मर गया ते रह गई मिट्टी, उस मिट्टी नूं आप नवावे पानी। इत्थों तक भी गल नहीं मुकदी वे सजना नाल कबरां तक बंदे दे जावे पानी। घड़ा भर के ना लगे जाए पानी नहीं खेड़ा छड़दा, नाल कबरां तक बंदे दे जावे पानी। तीन दिन बाद गए हड्डियां नूं चुगण लई, हुण बंदा सोचदा कि शायद शरीर फुक गया पानी मैनूं छड़ दूगा, नहीं वो अपना साथ धुर दरगाह तक नभाऊगा। सुनो किदां, तीन दिन बाद गए हड्डियां नूं चुगण लई, उस हड्डियां नूं भी ठंडा कर जावे पानी। सत घड़े भर के डोल दिया बाल्टियां मार दिया गर्म होगा, उस हड्डियां नूं ठंडा कर जावे पानी। हड्डियां नूं धो के टंग किली दिता फुल्लां दा रूप दे जावे पानी। इत्थों तक भी गल नहीं मुकदी वे काशी है, बारह दिन बाद लै गया हरिद्वार तेनू ते नाल हड्डियां नूं रोड़ के लै जावे पानी। ते नाल हड्डियां नूं रोड़ के लै जावे पानी। पानी दी कदर करे हुण प्याला रख दे इक पासे, प्याला रख दे इक पासे, अज प्याला रख दे इक पासे, हुण प्याला रख दे इक पासे, अज प्याला रख दे इक पासे, अज नजरा नाल पिला सकी ओए हुण प्याला रख दे इक पासे, हुण प्याला रख दे इक पासे, अज नजरा नाल पिला सकी हुण प्याला रख दे इक पासे, ओ हुण प्याला रख दे इक पासे, अज नजरा नाल पिला सकी ओए हुण प्याला रख दे इक पासे, अज प्याला रख दे इक पासे, अज नजरा नाल पिला सकी कपास।
ਦਾ ਪੀਣਾ ਮੁੱਕ ਜਾਵੇ ਸਾਡਾ ਰੋਜ਼ ਦਾ ਪੀਣਾ ਮੁੱਕ ਜਾਵੇ ਸਾਡਾ ਰੋਜ਼ ਦਾ ਪੀਣਾ ਮੁੱਕ ਜਾਵੇ ਕੋਈ ਐਸਾ ਨਸ਼ਾ ਚੜਾ ਸਾਡੇ ਉਹ ਸਾਡਾ ਰੋਜ਼ ਦਾ ਪੀਣਾ ਮੁੱਕ ਜਾਵੇ ਉਹ ਸਾਡਾ ਰੋਜ਼ ਦਾ ਪੀਣਾ ਮੁੱਕ ਜਾਵੇ ਕੋਈ ਐਸਾ ਨਸ਼ਾ ਚੜਾ ਸਾਡੇ ਉਹ ਸਾਡਾ ਰੋਜ਼ ਦਾ ਪੀਣਾ ਮੁੱਕ ਜਾਵੇ ਸਾਡਾ ਰੋਜ਼ ਦਾ ਪੀਣਾ ਮੁੱਕ ਜਾਵੇ ਕੋਈ ਐਸਾ ਨਸ਼ਾ ਚੜਾ ਸਾਡੇ ਉਹ ਸਾਡਾ ਕੋਈ ਜਾਮ ਪਿਲਾ ਅਬੇ ਜਿਹਨੂੰ ਇਹਦਾ ਇਸ਼ਕ ਹੋ ਗਿਆ ਜਿਹਦੀ ਇਹਦੇ ਨਾਲ ਲੱਗ ਗਈ ਫਿਰ ਉਹਨੂੰ ਠੇਕੇ ਦੀ ਚੜ੍ਹਨੀ ਬੰਦ ਹੋ ਜਾਂਦੀ ਹੈ ਫਿਰ ਉਹਨੂੰ ਨਸ਼ਾ ਕੋਈ ਹੋਰ ਹੋ ਜਾਂਦਾ ਹੈ ਕੋਈ ਨਸ਼ਾ ਨਹੀਂ ਇਸ ਸ਼ਰਾਬ ਅੰਦਰ ਕੋਈ ਨਜ਼ਰਾਂ ਚੋਂ ਸਾਨੂੰ ਜਾਮ ਪਿਲਾ ਉਹ ਸਾਡਾ ਰੋਜ਼ ਦਾ ਪੀਣਾ ਮੁੱਕ ਜਾਵੇ ਸਾਡਾ ਰੋਜ਼ ਦਾ ਪੀਣਾ ਮੁੱਕ ਜਾਵੇ ਕੋਈ ਐਸਾ ਨਸ਼ਾ ਚੜਾ ਸਾਡੀ ਉਹ ਸਾਡਾ ਰੋਜ਼ ਦਾ ਪੀਣਾ ਮੁੱਕ ਜਾਵੇ ਕੋਈ ਐਸਾ ਨਸ਼ਾ ਚੜਾ ਅਸੀਂ ਜਿੱਦਣ ਦੀ ਪੀਤੀ ਹੈ ਮੇਰਾ ਜਦੋਂ ਕਿੱਥੇ ਵੀ ਕੋਈ ਵੀਡੀਓ ਕਈ ਵਾਰੀ ਵਾਇਰਲ ਹੋ ਜਾਵੇ ਜਿਹੜੇ ਲੋਕ ਮੈਨੂੰ ਥੋੜ੍ਹਾ ਕੁ ਜ਼ਿਆਦਾ ਹੀ ਡੀਪਲੀ ਜਾਣਦੇ ਆ ਪਤਾ ਕੀ ਕਹਿੰਦੇ ਆ ਅੱਖਾਂ ਤੋਂ ਲੱਗਦਾ ਨਸ਼ਾ ਕੀਤਾ ਹੋਊਗਾ ਰੱਜਿਆ ਪਰ ਉਹਨਾਂ ਦੀ ਸੋਚਣੀ ਸਹੀ ਹੈ ਉਹ ਨਸ਼ਾ ਗਲਤ ਜ਼ਰੂਰ ਸੋਚ ਰਿਹਾ ਪਰ ਸੋਚਣੀ ਸਹੀ ਹੈ ਇੱਕੋ ਹੀ ਵਾਰੀ ਪੀਤੀ ਹੈ ਦੁਬਾਰਾ ਲੋੜ ਨਹੀਂ ਪਈ ਪੀਣ ਦੀ ਬਸ ਉਹਦੇ ਦਰਬਾਰ ਤੇ ਪਿਆਲਾ ਪੀ ਕੇ ਆਇਆ ਸੀ ਉਹਦੇ ਨਾਂ ਦਾ ਮੈਂ ਆਪਣੀ ਟੀਮ ਨੂੰ ਕਈ ਵਾਰੀ ਪੁੱਛਦਾ ਹੁੰਦਾ ਕਿ ਬਾਬਿਓ ਆਹ ਜਿਹੜੇ ਫਕੀਰ ਲੋਕ ਹੈ ਇਹ ਬਾਟਿਆਂ 'ਚ ਚਾਹ ਕਿਉਂ ਪੀਂਦੇ ਆ ਇਹ ਬਾਟਿਆਂ 'ਚ ਚਾਹ ਕਿਉਂ ਪੀਂਦੇ ਆ ਬਾਟਿਆਂ 'ਚ ਚਾਹ ਕਿਉਂ ਪੀਂਦੇ ਆ ਬਾਪੂ ਗੁਲਾਮ ਸਾਈਂ ਬਾਪੂ ਅਲਮਸਤ ਲਾਲ ਬਾਦਸ਼ਾਹ ਸਰਕਾਰ ਬਾਟੇ 'ਚ ਚਾਹ ਪੀਂਦੇ ਸੀ ਬਾਪੂ ਗੁਲਾਮ ਸਾਈਂ ਲਾਡੀ ਸ਼ਾਹ ਸਰਕਾਰ ਚਾਹ ਪੀਂਦੇ ਸੀ ਬਾਪੂ
मुराशा सरकार बाटे से चाह पीते बापू शेरे शाहवली सरकार बाटे से चाह पीते इन्हां सरकारां ने भी जे तुसी देखिया होगा शायद मैं नहीं कदे देखिया क्योंकि असी आए पहली बार हाँ इन्होंने भी कदे बाटे से चाह पीती होनी उहदा कारण पता की है ये नहीं कि वह ठंडी हो जाती है जिमें एक दरवेश घर च रखते हो वफादार होंगे ना ये दरवेश है वो घर के वफादारी दे दरवेश ने उस अल्लाह पाक दे उस निरंकार दे उस बाबे नानक दे दरवेश ने ता बाटिया च जा पीते बाबा जी असी घर च भी दरवेश रखे उन्होंने बाटिया च पाते हैं ये घर के दरवेश है ता बाटिया च जा पीते मेरे राजा साहब उची शान वाले तेरा बुहान छड़ना मेरे राजा साहब उची शान वाले तेरा बुहान छड़ना मेरे राजा साहब उची शान वाले तेरा रब मनदे हर गल तेरी रब मनदे हर गल तेरी पागल मदद आली हजमे तेरा बुहा नी छड़ना मैं ते आलम दादा उच्ची शान वाले तेरा बुहा नी छड़ना मैं ते आलम दादा उच्ची शान वाले तेरा बुहा नी छड़ना मैं ते आलम दादा उच्ची शान वाले तेरा बुहा नी छड़ना मैं ते आलम दादा उच्ची शान वाले तेरा बुहा नी छड़ना मैं ते आलम दादा उच्ची शान वाले मेरा लाल साहब सच्ची सरकार जी मेरे लाला साहब सच्ची सरकार जी तेरा बुहा नी छड़ना मेरे लाला साहब सच्ची सरकार जी तेरा बुहा नी छड़ना मेरे लाला साहब सच्ची सरकार जी तेरा बुहा नी छड़ना मेरे लाला साहब सच्ची सरकार जी तेरा बुहा नी छड़ना रब मनदे हर गल तेरी रब मनदे हर गल तेरी तेरा बुआ नहीं छड़ना ओ नची बाबा नची
तेरा ना लेके नची बाबा नची पीरा मैं तेरा ना लेके नची भैया नची पीरा मैं तेरा ना लेके नची भैया नची पीरा मैं तेरा ना लेके तू ते राजा शहर दे सारी दुनिया दे विच बची तू ते सारे राजा साहब दी दुनिया दे विच मची तू भी नेड़े रब भी नेड़े एक गल सैया सच्ची तू भी नेड़े रब भी नेड़े एक गल सैया सच्ची तेरे दर तो मंगदी दाता बच्चा दे जा बच्ची पीरा मैं तेरा ना लेके नची दाता नची पीरा मैं तेरा एक गल मेरे याद आ गई सुनो एक गल बड़ी बड़ी चंगी लगनी है तुहानू क्योंकि मैं जदों सरकारां दे दरबार दे विच वड़िया मैनू एक तस्वीर नजर आई सुनो इस गल तो बाद मैं खेवां दा याद दा कि चलना कोई गल नहीं वो गल मैनू याद आ गई अंदर एक तस्वीर लगी है तो तस्वीर केदी लगी सुने हो कौन ने हो एक सच्चा मुरीद बाबा जी एक सच्चा मुरीद जेदियां पांच कोठियां ते गड्डियां कारां दी उहनूं कोई गिनती नहीं पांच कोठियां ते गड्डियां कारां दी गिनती नहीं ऐसा समा बीत गया ऐसा समा आया बाबा जी कोई गलती होगी सुनियो गल ऐसा समा आया गड्डियां वेखियां कारां वेखियां कोठियां नूं ताले लग गए एक गड्डी रह गई छोटी जी पर उहदा इक अकीदा किसे कोल नहीं जांदा पुछण लई ओ कहिंदा जे दिन ओ ना रहे ते दिने वी नूं रहणगे तेरा दुना छब्बी है ते छब्बी रहण दे जिथे साडी लगी है ते लगी रहण दे जे लोकी कहंदे ठगी है ते ठगी रहण दे साडी जिथे लगी है ते लगी रहण दे ओ जांदा नहीं रिश्तेदार साख संबंधी भैण भरावां ने आके क्या कहते भाई तेरा लखां करोड़ां दा नुकसान हो गया हुण किसे कोल चला जा तेरा बचा हो जूगा ओ कहंदा नहीं पर औरतां दे मावां दे दिल कमजोर हुंदे आ ओदी घरवाली कहंदी तुसीं मनदे क्यों नहीं जो सारे रिश्तेदार कहने किसे सियाने नूं पुछ लईए घरवाली दे जोर पाउण ते सियाने कोल चला गया सुणियो हुण एक सियाने कोल गए जदों अंदर वड़िया और रिश्तेदार जिहड़ा लैके गया कहिंदे बाबा जी इहदा लखां दा करोड़ां दा बिजनेस ही खराब हो गया फेल हो गया देखो निगाह मारो की गल है उहने जदों नज़र चक्की अखां थले करके कहिंदा जाओ निकल जाए तो कल आई कोई गल नहीं क्योंकि जब कोई डुब रहा होगा तिनके का सहारा होता कोई नहीं कल आ जाएंगे कल आया फिर कहता जाओ कल आई अगला दिन आया फिर कहता भाई निकल जा मेरे बस की गल नहीं जा निकल जा इतों चला जा वो गुस्से के नाल अपनी गड्डी च बह गया अपने रिश्तेदार को कहता कहता बेइज्जती कराउण लई लैके आए थे मेरी जो मैं क्या मैं जाना नहीं किसी को लगता मैं इन्ना माड़ा हो चुके हैं मैनू ये फकीर देख भी राजी नहीं और रिश्तेदार कहता तू बह मैं पूछ के आवा कि ओदी अंदरली गल की है हुण सुनियो गल की सी जो रिश्तेदार ने जाके बाबा जी को पूछा कहते बाबा जी जो तुसी इन्नी दुनिया नूं तारदे हो ते इहनूं असीं लैके आए सी क्यों नहीं तारिया क्यों नहीं इहनां वल देखिया ओ फकीर कहता ओए किवें वेखां कहिंदा जदों मैं उहदे वल नज़र वेखदा नज़र चका चक के देखदा कहिंदे पिछे कोई खड़ा जिन्हें
सीस तली दे उपर रख्या होया ते हाथ विच खंडा है ते ओ मैनू आवाज दे रहा गल सुनो ओए ए साडा आशिक है साडा साडा मरीद है साडा पुत्र है साडा बच्चा है जेदे वल नजर जा के कोई नू गलत रह दित्ती ना ते साडे तो बुरा नहीं वो कौन सी धन धन पातशाह बाबा दीप सिंह महाराज जेड़े बिना सीस को भी लड़े है और एक खून खौल जाता है बाबा जी एक रोंगटे खड़े हो जाते ये सोचना नहीं गल है अस इतिहास को पढ़ते हुए सुनने कि धन धन बाबा दीप सिंह महाराज के हाथ में जो खंडा सी वो सवा मनता सीगा 50 किलो होगा सवा मन बाबे वो योधे च कितनी जान होगी जिहड़ा सवा मन का खंडा बड़ी आसानी के चलाउंदा है और सब तो वड्डी गल जिस दुश्मन दे सीने दे वो खंडा पैंदा होगा उहदा की हाल बनता होगा बाबे उहदा की हाल बनता होगा और बाबा दीप सिंह महाराज ने उहदे ते ऐसी करमनवाजी की उहने अकीदा लैके अपनी घरवाली नूं जाके कहा तू मैनूं गुरु तों बेमुख कीता है मेरा बाबा दीप सिंह जे चंगे समय च मेरे नाल सी अज माड़े च भी मेरे नाल खड़ा मैं किसे होर दर नहीं जाना समा बीतिया और 5 कोठियां 10 तब्दील होईया और जिहड़ियां 10 गड्डियां वो 20-25 गड्डियां च तब्दील होईया उहनूं बंदे नूं पता नहीं कि वह कित्थों दे कित्थे पहुँच गया नच्ची साइया नच्ची पीरा मैं तेरा बाबा जी तेरा ना लैके वाहेगुरु जी का खालसा श्री वाहेगुरु जी की फतेह वेखी जा पर छेड़ी ना इश्क चीज मस्त मस्त फिर बाबा जी सुने हो जरूर बह गए हाँ जी जी बाबा जी लो जी साजियो तिखे हो जाओ इस कवाली नू सुनन लई इस गल नू सुनन लई मैं पूरे दबाबे दे विच कीलिया होया मैनू दबाबा ऐसे चीज नू सुनन लई बुलाउंदा पूरा दबाबा यह कहिंदा कि यह चीज़ सुननी पर यह चीज़ सुनन लई अपने फोनां चों अपने घर बारां चों अपने कारोबारां चों ध्यान हटा के बैठे हो क्योंकि जे यह गल खाने पैगी ना बाबा फिर की मेरी की तेरी बोल अल्लाह बोल फकीर अल्लाह ही अल्लाह बोल फकीर अल्लाह ही लो जी सुनाइए करी शुरू जी करिए माता जी सुनो फिर इश्क दे रोग दे किते ना दारू है इस इश्क दे रोग अबले इश्क दे रोग दे किते ना दारू इस इश्क दे रोग अबले अकलां शकलां वाले कीते इश्क ने कमले चले रुसवाइयां ते खुआरियां बाजों
यारो कुछ नहीं इश्क दे पले ओ कर होए बर्बाद निहा बुझ तेलो को जो कर इश्क ने मले तेलो को जो कर इश्क ने मले छेती छेती पी लियो फिर मैं शुरू करा करी शुरू जी ओ देखी जा पर छेड़ी ना 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 इश्क चीज है मस्त मस्त देखी जा पर छेड़ी ना इश्क चीज है मस्त मस्त देखी जा पर छेड़ी ना इश्क चीज है मस्त मस्त देखी जा पर छेड़ी ना इश्क चीज है मस्त मस्त देखी जा पर छेड़ी ना देखी जा पर छेड़ी ना इश्क चीज है ਸਫਾ
ਲਿਆ ਬਾਬਾ ਫਰੀਦ ਕਹਿੰਦਾ ਬੀਬੀ ਮੈਨੂੰ ਅੱਗ ਚਾਹੀਦੀ ਹੈ ਛੇਤੀ ਕਰ ਮੈਨੂੰ ਅੱਗ ਚਾਹੀਦੀ ਮੇਰੇ ਮੁਰਸ਼ਿਦ ਉੱਠਣ ਦਾ ਵਕਤ ਹੋ ਗਿਆ ਬੀਬੀ ਕਹਿੰਦੀ ਬਾਬਾ ਅੱਗ ਤਾਂ ਬਹੁਤ ਪਰ ਮਹਿੰਗੀ ਬੜੀ ਆ ਕਹਿੰਦਾ ਮਹਿੰਗੀ ਦੱਸ ਕੀ ਭਾਅ ਮਿਲਦੀ ਆ ਉਹ ਬੀਬੀ ਕਹਿੰਦੀ ਬਾਬਾ ਇੱਕ ਕੋਲਾ ਇੱਕ ਅੱਖ ਬਦਲੇ ਮਿਲਦਾ ਇੱਕ ਕੋਲਾ ਇੱਕ ਅੱਖ ਬਦਲੇ ਮਿਲਦਾ ਦੇ ਸਕਦਾ ਆਪਣੀ ਯਾਰ ਦੀ ਇੱਕ ਅੱਖ ਬਾਬਾ ਫਰੀਦ ਕਹਿੰਦਾ ਛੋਟੀ ਚੀਜ਼ ਮੰਗ ਲਈ ਕੋਈ ਮਹਿੰਗੀ ਨਹੀਂ ਲਿਆ ਛੁਰੀ ਫੜਾ ਛੁਰੀ ਫੜੀ ਇੱਕ ਅੱਖ ਕੱਢ ਕੇ ਦੇ ਦਿੱਤੀ ਕੋਲਾ ਲੈ ਕੇ ਤੁਰ ਪਿਆ ਜਦੋਂ ਬਾਹਰ ਉਤਰਿਆ ਬਾਹਰ ਬਾਰਿਸ਼ ਹੋਣ ਲੱਗ ਗਈ ਕੋਲਾ ਬੁੱਝ ਗਿਆ ਉਸ ਬੀਬੀ ਨੇ ਘਰ ਗਿਆ ਆਵਾਜ਼ ਮਾਰੀ ਬੀਬੀ ਓਏ ਅੱਗ ਚਾਹੀਦੀ ਆ ਉਹ ਕਹਿੰਦੀ ਬਾਬਾ ਉਸੇ ਭਾਅ ਮਿਲਣੀ ਆ ਕਹਿੰਦਾ ਕੋਈ ਗੱਲ ਨਹੀਂ ਲਿਆ ਛੁਰੀ ਫੜਾ ਛੁਰੀ ਫੜੀ ਦੂਜੀ ਅੱਖ ਵੀ ਕੱਢ ਕੇ ਦੇ ਦਿੱਤੀ ਤੁਰਿਆ ਜਾਂਦਾ ਆਪਣੇ ਯਾਰ ਨੂੰ ਮੁਖਾਬਤ ਕਰਕੇ ਕਹਿੰਦਾ ਉਹ ਇੱਕ ਤੇਰੀ ਅੱਗ ਬਦਲੇ ਦੋ ਨੈਣ ਕੰਜਰਾਂ ਘਰ ਵਿੱਚ ਇੱਕ ਤੇਰੀ ਅੱਗ ਬਦਲੇ ਦੋ ਨੈਣ ਕੰਜਰਾਂ ਘਰ ਵਿੱਚ ਬਾਬਾ ਫਰੀਦ ਜਾ ਕੇ ਹੁੱਕਾ ਤਾਜ਼ਾ ਕੀਤਾ ਪਾਣੀ ਗਰਮ ਕੀਤਾ ਮੁਰਸ਼ਿਦ ਦੇ ਕਦਮਾਂ ਵਿੱਚ ਰੱਖਣ ਵਾਸਤੇ ਗਿਆ ਪਰ ਬਾਬਾ ਫਰੀਦ ਨੂੰ ਇਹ ਨਹੀਂ ਪਤਾ ਮੇਰਾ ਇਮਤਿਹਾਨ ਹੋ ਰਿਹਾ ਜਾ ਕੇ ਮੁਰਸ਼ਿਦ ਦੇ ਕਦਮਾਂ ਵਿੱਚ ਰੱਖਣ ਵਾਸਤੇ ਗਿਆ ਅੱਖਾਂ ਤੇ ਪੱਟੀ ਬੰਨ ਲਈ ਖਵਾਜਾ ਸਾਹਿਬ ਕਹਿੰਦੇ ਫਰੀਦਾ ਓਏ ਅੱਖਾਂ ਤੇ ਪੱਟੀ ਕਿਉਂ ਬੰਨੀ ਆ ਕਹਿੰਦੇ ਹਜ਼ੂਰ ਮੇਰੀਆਂ ਅੱਖਾਂ ਆਈਆਂ ਹੋਈਆਂ ਮੈਂ ਸੋਚਦਾ ਕਿਤੇ ਤੁਹਾਡੀ ਅੱਖਾਂ ਖਰਾਬ ਨਾ ਹੋ ਜਾਣ ਤੇ ਤੁਸੀਂ ਹੁੱਕਾ ਤਾਜ਼ਾ ਕਰੋ ਤੁਸੀਂ ਪਾਣੀ ਗਰਮ ਕੀਤੇ ਦਾ ਨਹਾਓ ਮੇਰੀ ਖੈਰ ਸਲਾਹ ਹਜ਼ੂਰ ਜਾਣੀ ਜਾਣ ਸੀਗੇ ਖਵਾਜਾ ਸਾਹਿਬ ਹੱਸ ਕੇ ਕਹਿੰਦੇ ਫਰੀਦਾ ਓਏ ਅੱਖਾਂ ਜੇ ਆਈਆਂ ਹੋਈਆਂ ਤਾਂ ਪੱਟੀ ਖੋਲ ਦੇ ਜਦੋਂ ਪੱਟੀ ਖੋਲੀ ਅੱਖਾਂ ਅੱਗੇ ਨਾਲੋਂ ਵੀ ਮੋਤੀਆਂ ਯਾਰ ਦੀ ਖਾਤਰ ਇਸ਼ਕ ਵਿੱਚ ਆ ਕੇ ਦੋ ਨੈਣ ਵੀ ਦੇਣੇ ਪਏ ਇਸ਼ਕ ਕਰਨਾ ਹੈ ਇਹਦੇ ਨਾਲ ਸੱਚਾ ਕਰੋ ਨਹੀਂ ਤਾਂ ਆਓ ਵੇਖ ਜਾ ਪਰ ਛੇੜੀ ਨਾ ਵੇਖ ਜਾ ਪਰ ਛੇੜੀ ਨਾ ਇਸ਼ਕ ਚੀਜ਼ ਹੈ ਸਾਗਤ ਤੇ ਜਾਫਰ ਸਾਗਤ ਤੇ ਜਾਫਰ
ਦੋਵੇਂ ਨਿੱਕੇ ਨਿੱਕੇ ਕੋਲ ਖੜੇ ਦੇਖ ਰਹੇ ਆ। ਬੱਕਰੀ ਨੂੰ ਜਿਵਾ ਕਰ ਲਿਆ, ਛੁਰਾ ਛੁਰੀ ਅੰਦਰ ਰੱਖ ਦਿੱਤੇ। ਸਾਕਤ ਨੇ ਜਾਫਰ ਦੇ ਛੁਰਾ ਛੁਰੀ ਚੱਕੇ, ਦੋਵੇਂ ਕੋਠੇ ਤੇ ਚੜ ਗਏ। ਸਾਕਤ ਕਹਿੰਦਾ, ਜਾਫਰ ਓਏ ਆਪਾਂ ਵੀ ਉਵੇਂ ਕਰੀਏ ਜਿਵੇਂ ਬੱਕਰੀ ਕਰਦੀ ਸੀ। ਉਹ ਕਹਿੰਦਾ ਚੱਲ ਕਰੀਏ। ਸਾਕਤ ਲੰਮਾ ਪੈ ਗਿਆ। ਜਾਫਰ ਨੇ ਗੱਲ ਦੀ ਛੁਰੀ ਰੱਖ ਦਿੱਤੀ, ਕਹਿੰਦਾ ਤੂੰ ਬੱਕਰੀ ਵਾਂਗੂ ਕਰ। ਮੈਂ ਉਹਨੇ ਜਦੋਂ ਆਵਾਜ਼ ਕੱਢੀ, ਉਹਨੇ ਛੁਰੀ ਖਿੱਚੀ, ਆ ਸਿਰ ਧੜ ਤੋਂ ਅਲੱਗ ਹੋ ਗਿਆ, ਮਰ ਗਿਆ। ਜਦੋਂ ਖੂਨ ਦੂਸਰੇ ਦੇ ਪੈਰਾਂ ਬਣਾਇਆ ਨਾ, ਉਹ ਘਬਰਾ ਗਿਆ। ਉਹ ਤਲਵਾਰ ਨੂੰ ਸੁੱਟ ਕੇ ਜਦੋਂ ਪਿੱਛੇ ਨੂੰ ਤੁਰਨ ਲੱਗਾ, ਪਿੱਛੇ ਕੋਠਾ ਮੁੱਕ ਗਿਆ, ਧੌਣ ਭਰ ਡਿੱਗ ਗਈ, ਉਹ ਵੀ ਮਰ ਗਈ। ਥੱਲੇ ਰੋਟੀ ਤਿਆਰ ਹੋ ਰਹੀ, ਕਿਸੇ ਨੂੰ ਕੋਈ ਪਤਾ ਨਹੀਂ। ਰੋਟੀ ਤਿਆਰ ਹੋ ਗਈ, ਭਗਵਾਨ ਕਹਿਣ ਲੱਗੀ, ਜਾਓ ਸਰਕਾਰ ਨੂੰ ਦਾਵਤ ਦੇ ਕੇ ਆਓ ਕਿ ਪ੍ਰਸ਼ਾਦਾ ਤਿਆਰ ਆ ਕੇ ਛਕ ਲੈਣ। ਜਦੋਂ ਤੁਰਨ ਲੱਗਾ, ਘਰਵਾਲੀ ਕਹਿੰਦੀ, ਇੱਧਰ ਆਓ, ਸਾਡੇ ਮੁਰਸ਼ਦ ਨੇ ਜਦੋਂ ਸਾਡੇ ਘਰ ਆਉਣਾ, ਉਹਨਾਂ ਨੇ ਕਹਿਣਾ ਸਾਰਾ ਪਰਿਵਾਰ ਬੈਠੋ, ਮੈਂ ਤੁਹਾਡੇ ਲਈ ਦੁਆ ਫਰਿਆਦ ਕਰਾਂ, ਖਤਮ ਦੁਆ ਪੜਾਂ। ਉਹ ਕਹਿੰਦਾ ਮੈਂ ਕੀ ਕਰਾਂ। ਕਹਿੰਦਾ ਜਾਓ ਪਹਿਲਾਂ ਬੱਚਿਆਂ ਨੂੰ ਵੇਖ ਕੇ ਲਿਆਓ। ਉਹ ਚਾਰੇ ਪਾਸੇ ਵੇਖ ਕੇ ਆਇਆ, ਬੱਚੇ ਕਿੱਧਰੋਂ ਨਹੀਂ ਮਿਲੇ। ਆ ਕੇ ਆਪਣੀ ਘਰਵਾਲੀ ਨੂੰ ਕਹਿੰਦਾ, ਪਤਾ ਨਹੀਂ ਕਿੱਥੇ ਗਏ ਆ। ਘਰਵਾਲੀ ਕਹਿੰਦੀ, ਏਦਾਂ ਕਰੋ ਕੋਠੇ ਤੇ ਚੜ੍ਹ ਕੇ ਦੇਖੋ ਕਿਵੇਂ ਤਾਂ ਕੋਠੇ ਤੇ ਖੇਡਦੇ ਹੋਣ। ਓਏ ਜਦੋਂ ਕੋਠੇ ਤੇ ਚੜ੍ਹਿਆ, ਪੁੱਤਰ ਦੀ ਮੌਤ ਵਿੱਚ ਸੀਨਾ ਫਟ ਗਿਆ। ਜਦੋਂ ਗਾਹਾਂ ਵਧਿਆ, ਦੂਜਾ ਵੀ ਮਰਿਆ ਪਿਆ। ਮਲਕ ਤੇਰੀ ਥੱਲੇ ਆ ਕੇ ਥੱਲੇ ਵਾਲੇ ਬੱਚੇ ਨੂੰ ਚੁੱਕ ਕੇ ਉੱਪਰ ਲੈ ਗਿਆ, ਉਹਦੇ ਨਾਲ ਹੀ ਪਾ ਕੇ ਸਫੇਦ ਰੰਗ ਦੀ ਚਾਦਰ ਦੇ ਦਿੱਤੀ। ਆ ਕੇ ਆਪਣੀ ਘਰਵਾਲੀ ਨੂੰ ਕਹਿੰਦਾ, ਕੋਠੇ ਤੇ ਵੀ ਹੈ ਨਹੀਂ। ਕਿਉਂ? ਕਿਉਂਕਿ ਔਰਤਾਂ ਦੇ ਇਹ ਮਾਵਾਂ ਦੇ ਦਿਲ ਕਮਜ਼ੋਰ ਹੁੰਦੇ ਆ, ਸਰਕਾਰ ਨੇ ਰੋਟੀ ਨਹੀਂ ਖਾਣੀ। ਘਰਵਾਲੀ ਕਹਿੰਦੀ, ਕੋਈ ਗੱਲ ਨਹੀਂ, ਆਪੇ ਹੀ ਕਿੱਧਰੋਂ ਆ ਜਾਣਗੇ, ਜਾਓ ਪਹਿਲਾਂ ਸਰਕਾਰ ਨੂੰ ਦਾਵਤ ਦੇ ਕੇ ਆਓ। ਜਾ ਕੇ ਮੁਹੰਮਦ ਸਾਹਿਬ ਦੇ ਕਦਮਾਂ 'ਚ ਦਿਆ ਫਰਿਆਦ ਕੀਤੀ, ਸੱਚੇ ਪਾਤਸ਼ਾਹ ਰੋਟੀ ਤਿਆਰ ਆ। 17 ਬੰਦਿਆਂ ਦੀ ਜਮਾਤ ਆ ਗਈ, ਜਿਹੜੇ ਹੋਰ ਨਾਲ ਬੈਠੇ ਸੀ ਉਹ ਵੀ ਆ ਗਏ। ਮੁਹੰਮਦ ਸਾਹਿਬ ਜਾਣੀ ਜਾਣ ਸੀਗੇ। ਆ ਕੇ ਆਸਣ ਦਿੱਤਾ, ਜਲ ਗ੍ਰਹਿਣ ਕੀਤਾ, ਵਜ਼ੂ ਕਰਕੇ ਬੈਠ ਗਏ। ਮੁਹੰਮਦ ਸਾਹਿਬ ਕਹਿੰਦੇ, ਉਹ ਕਹਿੰਦੇ ਰੋਟੀ ਤਿਆਰ ਆ? ਕਹਿੰਦੇ ਹਾਂਜੀ, ਆਓ ਆ ਜਾਓ ਸਾਰਾ ਪਰਿਵਾਰ ਬੈਠੋ, ਮੈਂ ਤੁਹਾਡੇ ਲਈ ਦੁਆ ਫਰਿਆਦ ਕਰਾਂ। ਦੋਵੇਂ ਮੀਆਂ ਬੀਬੀ ਬੈਠ ਗਏ, ਦੋਵੇਂ ਮੀਆਂ ਬੀਬੀ। ਮੁਹੰਮਦ ਸਾਹਿਬ ਕਹਿੰਦੇ, ਉਹ ਭਾਈ ਘਰ ਵਿੱਚ ਕੋਈ ਹੋਰ ਜੀ ਨਹੀਂ? ਉਹ ਬੰਦਾ ਕਹਿੰਦਾ, ਕਹਿੰਦੇ ਹਜ਼ੂਰ ਸਾਡੇ ਦੋ ਲੜਕੇ ਆ, ਪਤਾ ਨਹੀਂ ਕਿੱਥੇ ਖੇਡਣ ਗਏ ਆ, ਤੁਸੀਂ ਪ੍ਰਸ਼ਾਦਾ ਛਕੋ, ਆਪੇ ਹੀ ਕਿੱਧਰੋਂ ਆ ਜਾਣਗੇ। ਮੁਹੰਮਦ ਸਾਹਿਬ ਜਾਣੀ ਜਾਣ ਸੀਗੇ। ਮੁਹੰਮਦ ਸਾਹਿਬ ਕਹਿੰਦਾ, ਨਾ ਪਹਿਲਾਂ ਭਾਈ ਬੱਚਿਆਂ ਨੂੰ ਵੇਖ ਕੇ ਲਿਆਓ। ਉਹ ਫਿਰ ਗਿਆ, ਚਾਰੇ ਪਾਸੇ ਆਵਾਜ਼ ਮਾਰ ਕੇ ਆਇਆ, ਨਹੀਂ ਆਏ। ਆ ਕੇ ਕਹਿੰਦਾ, ਜਨਾਬ ਤੁਸੀਂ ਲੰਗਰ ਛਕੋ, ਆਪੇ ਹੀ ਕਿੱਧਰੋਂ ਆ ਜਾਣਗੇ। ਮੁਹੰਮਦ ਸਾਹਿਬ ਹੱਸ ਕੇ ਕਹਿੰਦੇ, ਓਏ ਕਹਿੰਦੇ ਜੇ ਤੁਹਾਡਾ ਖਦਮਾਤਮਾ ਹੋਵੇ ਅਸੀਂ ਆਵਾਜ਼ ਮਾਰੀਏ। ਕਹਿੰਦੇ ਹਜ਼ੂਰ ਤੁਹਾਡੀ ਮਰਜ਼ੀ। ਜਦੋਂ ਜਲਾਲ ਦਿਨ ਜਾ ਕੇ ਅੱਲਾ ਪਾਕ ਨੂੰ ਯਾਦ ਕਰਕੇ ਹੈਦਰੀ ਨਾਰਾ ਮਾਰਿਆ, ਉਹ ਬੱਚੇ ਉਧਰੋਂ ਉੱਠ ਕੇ ਬੱਚੇ ਆ ਰਹੇ ਆ। ਮੁਹੰਮਦ ਸਾਹਿਬ ਨੇ ਛਾਤੀ ਨਾਲ ਲਾ ਲੈ, ਕਦਮਾਂ ਦੇ ਨਾਲ ਲਾ ਲੈ। ਕਹਿੰਦੇ ਇਹੀ ਬੱਚੇ ਸੀ? ਕਹਿੰਦੇ ਹਜ਼ੂਰ ਹਾਂ। ਕਹਿੰਦੇ ਕਿਹਦੇ ਨੇ? ਕਹਿੰਦੇ ਤੁਹਾਡੇ। ਕਹਿੰਦਾ ਆਓ ਤੁਹਾਡੇ ਲਈ ਦੁਆ ਫਰਿਆਦ ਕਰਾਂ। ਜਦੋਂ ਇੰਨੀ ਗੱਲ ਕਹੀ, ਤੁਹਾਡੇ ਲਈ ਖਤਮ ਦੁਆ ਪੜਾਂ, ਉਹ ਬੱਚੇ ਪਤਾ ਕੀ ਕਹਿੰਦੇ? ਕਹਿੰਦੇ ਸੱਚੇ ਪਾਤਸ਼ਾਹ ਖਤਮ ਦੁਆ ਨਹੀਂ ਪੜਨੀ, ਦੁਆ ਫਰਿਆਦ ਨਹੀਂ ਕਰਨੀ। ਕਹਿੰਦੇ ਕਿਉਂ? ਕਹਿੰਦੇ ਜਿਵੇਂ ਸਾਨੂੰ ਜਿਉਂਦੇ ਕੀਤਾ, ਉਹ ਬੱਕਰੀ ਵੀ ਜਿਉਂਦੀ ਕਰੋ। ਬੱਕਰੀ ਦੀ ਤਾਂ ਸਮਝੀ ਬਣ ਚੁੱਕੀ ਹੈ। ਉਹ ਕਹਿੰਦੇ ਫਿਰ ਜੀਵਾਂ ਜੀਵਾਂ ਚ ਫਰਕ ਕਿਉਂ? ਜੇ ਉਹ ਬੇਜ਼ੁਬਾਨ ਹੈ, ਉਹ ਬੋਲ ਨਹੀਂ ਸਕਦੀ, ਉਹ ਤਾਂ ਜੀਵਤ ਨਹੀਂ ਹੋ ਸਕਦੀ। ਅਸੀਂ ਬੋਲ ਸਕਦੇ ਹਾਂ ਤਾਂ ਜੀਵਤ ਹੋ ਸਕਦੇ ਹਾਂ। ਮੁਹੰਮਦ ਸਾਹਿਬ ਦੇ ਉਹ ਗੱਲ ਅੰਦਰ ਘਾਣ ਕਰ ਗਈ। ਮੁਹੰਮਦ ਸਾਹਿਬ ਨੇ ਗੁੱਸੇ ਦੇ ਵਿੱਚ ਆ ਕੇ ਕਿਹਾ, ਓਏ ਜੇ ਮੇਰੇ ਵਿੱਚ ਤਾਕਤ ਸੀ,
मैं तुहानू जिंदे कर दिता जा जे तुहाडे विच ताकत है तुसी बकरी नू जिंदा कर लो। दोवां बच्चियां ने मोहम्मद साहब दे पैरां नू छू के एक हैदरी नारा मारिया वो बकरी भी उठ के खड़ी हो गई। तो लिखिया है देखिया पर छेड़ी ना, देखिया पर छेड़ी ना इश्क चीज है, सवेरे भी गाया जे तुसी कहो तो मैं कोई टेंशन नहीं चाहे घंटा होर लवा लो पर मैं इंज क्यों लग रहा तुसी सवेरे भी सेवा करनी होगी कल भी मेला है जी जरूर महाराज की हजूरी सारे ध्यान धरो आओ जी किस प्रकार की गाउन च बजाउन च साजियां कोलों साउंड वाले कोलों साडे भरा कोलों मेरे आ नाल आए हुए सारे वीर भरावां कोलों कोई गलती गुस्ताखी होगी होवे मैं माफी चाहना। जिंदगी रहती बार बार मिलेंगे नहीं तो बाबे तुम हरिद्वार मिलेंगे उत्ते हर की पौड़ी बैठा होगा जो मर्जी आ जाओ। बोली सच्चे दरबार की बोले वाहिगुरु जी का खालसा श्री वाहिगुरु जी की फतह। जय राजा साहब जी सारे जिन्होंने राजा साहब जी का रंग चढ़िया एक बार हाथ खड़े कर दो नवा ही छापता एक दो दिन आ जाना। राजा साहब जी दे रंगां विच रंगियां राजा साहब जी दे रंगां विच रंगियां होर रंग नहीं चढ़दा राजा साहब जी दे रंगां विच रंगियां होर रंग नहीं चढ़दा राजा साहब जी दे रंगां विच रंगियां होर रंग नहीं चढ़दा बां फड़ी मेरी मेरे सच्चे पातशाह बां फड़ी मेरी मेरे सच्चे पातशाह दुख वेड़े नहीं बढ़दा राजा साहब जी दे रंगां विच रंगियां होर रंग नहीं चढ़दा राजा साहब जी दे रंगां विच रंगियां होर रंग नहीं चढ़दा राजा जी दे नाम नाले हुंदिया सवेर जी पूरियां मुरादां होने लगदी ना देर जी राजा जी दे नाम नाले हुंदिया सवेर जी पूरियां मुरादां होने लगदी ना देर जी जो भी रख के परोसा ओदे नाम त
ते है, जो भी रख के परोसायो ते नाम ते है। चढ़ना चीस धरता राजा साहब जी दे रंगा बिच रंगया, होर रंग नहीं चढ़ता राजा साहब जी दे रंगा बिच रंगया, होर रंग नहीं चढ़ता। भेज दे दोबारे ते हैं अजीब नजारा दरिदा राजा साहब जी दे रंगा बिच रंगया, होर रंग नहीं चढ़दा राजा साहब जी दे रंगा बिच रंगया, होर रंग नहीं चढ़दा। कबर सो खाना जी खान खानी है बापू दे भाग जाग गए बाणी जी ओ नित पढ़दा राजा साहब जी दे रंगा बिच रंगया, होर रंग नहीं चढ़दा राजा साहब जी दे रंगा बिच रंगया, होर रंग नहीं चढ़दा। जे चंगा लगे कभी ताड़ी मार दो राजा बली कर पली, परसों मेरा शब्द आना जरूर सुनो सारे जने।